ਸੜਕ ਕਿਨਾਰੇ ਬੈਠ ਧਾਹਾਂ ਮਾਰ ਕੇ ਰੋਂਦੀ ਇਸ ਔਰਤ ਦੇ ਪਤੀ ਦੀ ਇਸ ਦੀਆਂ ਅੱਖਾਂ ਦੇ ਸਾਹਮਣੇ ਹੀ ਦਰਦਨਾਕ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਸਦਮੇ ਚ ਤੇ ਰੋ ਰੋ ਬੇਹਾਲ ਹੋ ਗਈ ਹੈ। ਇਸ ਦੀਆਂ ਅੱਖਾਂ ਦੇ ਸਾਹਮਣੇ ਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਦੇ ਪਤੀ ਨੂੰ ਦਰੜ ਦਿੱਤਾ ਹੈ। ਮ੍ਰਿਤਕ ਦੇ ਸਰੀਰ ਦੇ ਚੀਥੜੇ ਉੱਡ ਗਏ ਨੇ ਤੇ ਸੜਕ ਤੇ ਖਿਲਰੇ ਹੋਏ ਨੇ ਤੇ ਇਹ ਸਾਰਾ ਮੰਜ਼ਰ ਇਸ ਪਤਨੀ ਦੀਆਂ ਅੱਖਾਂ ਦੇ ਸਾਹਮਣੇ ਹੀ ਵਾਪਰਿਆ ਹੈ। ਦਰਅਸਲ ਪਤੀ ਪਤਨੀ ਸੜਕ ਦੇ ਕਿਨਾਰੇ ਹੀ ਐਨਕਾਂ ਵੇਚਣ ਦੀ ਰੇੜੀ ਲਾਉਂਦੇ ਸਨ ਅਤੇ ਸਮਾਨ ਖਤਮ ਹੋਣ ਦੇ ਚੱਲਦਿਆਂ ਇਸ ਔਰਤ ਦਾ ਪਤੀ ਸਮਾਨ ਲੈਣ ਸ਼ਹਿਰ ਗਿਆ ਸੀ ਤੇ ਉੱਥੋਂ ਵਾਪਸ ਪਰਤ ਰਿਹਾ ਸੀ। ਜਿਵੇਂ ਹੀ ਆਪਣੇ ਰੇੜੀ ਦੇ ਕੋਲ ਪਹੁੰਚਦਾ ਹੈ ਤਾਂ ਸਾਹਮਣੇ ਹੀ ਆ ਰਹੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਉਸਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਅਤੇ ਫਿਰ ਇਹ ਟਰੱਕ ਦਰੜਦਾ ਹੋਇਆ ਉੱਥੋਂ ਲੰਘ ਜਾਂਦਾ ਹੈ। ਇਹ ਮੰਜ਼ਰ ਬੇਹੱਦ ਭਿਆਨਕ ਸੀ ਜੋ ਕਿ ਦਿਖਾਇਆ ਵੀ ਨਹੀਂ ਜਾ ਸਕਦਾ। ਟਰੱਕ ਥੱਲੇ ਆਉਣ ਦੇ ਕਾਰਨ ਵਿਅਕਤੀ ਦੇ ਚੀਥੜੇ ਉੱਡ ਗਏ ਤੇ ਸੜਕ ਤੇ ਖਿਲਰ ਗਏ। ਇਹ ਸਭ ਕੁਝ ਉਸਦੀ ਪਤਨੀ ਆਪਣੀ ਅੱਖਾਂ ਦੇ ਸਾਹਮਣੇ ਦੇਖ ਰਹੀ ਸੀ। ਕੋਟਕਪੂਰਾ ਦੇ ਫਰੀਦਕੋਟ ਰੋਡ ਦੇ ਉੱਤੇ ਇਹ ਸਭ ਕੁਝ ਵਾਪਰਿਆ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਅਤੇ ਉਸਦੀ ਪਤਨੀ ਦੋਵੇਂ ਹੀ ਮੋਗਾ ਦੇ ਰਹਿਣ ਵਾਲੇ ਸਨ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਇੱਥੇ ਐਨਕਾਂ ਦੀ ਰੇੜੀ ਲਾਉਂਦਾ ਸੀ ਤੇ ਆਪਣੀ ਪਤਨੀ ਦੇ ਨਾਲ ਹੀ ਆਪਣਾ ਇਹ ਛੋਟਾ ਜਿਹਾ ਠੇਲਾ ਚਲਾਉਂਦਾ ਸੀ। ਸਮਾਨ ਖਤਮ ਹੋਇਆ ਤਾਂ ਸ਼ਹਿਰੋਂ ਸਮਾਨ ਲੈਣ ਗਿਆ ਅਤੇ ਵਾਪਸ ਜਿਵੇਂ ਹੀ ਰੇੜੀ ਦੇ ਕੋਲ ਪਹੁੰਚਿਆ ਤਾਂ ਉਧਰੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਦਰੜਦਾ ਹੋਇਆ ਇਹ ਟਰੱਕ ਉੱਥੋਂ ਨਿਕਲ ਗਿਆ। ਪਤਨੀ ਦੀਆਂ ਅੱਖਾਂ ਦੇ ਸਾਹਮਣੇ ਹੀ ਖੌਫਨਾਕ ਮੰਜ਼ਰ ਵਾਪਰਿਆ, ਜਿਸ ਤੋਂ ਬਾਅਦ ਉਹ ਸਦਮੇ ਚ ਅਤੇ ਰੋ ਰੋ ਬੇਹਾਲ ਹੋ ਗਈ ਹੈ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਚ ਲਿਆ ਗਿਆ। ਪਤਨੀ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਕੋਟਕਪੂਰਾ ਫਰੀਦਕੋਟ ਰੋਡ ਸੰਧਮੰਦ ਪਿੰਡ ਕੋਲ ਇੱਥੇ ਅੱਡਾ ਲਾਉਂਦੇ ਆ ਐਨਕਾਂ ਦਾ। ਇਹ ਰਹਿਣ ਵਾਲੇ ਹੈਗੇ ਮੋਗੇ ਦੇ, ਸੁਖਦੇਵ ਸਿੰਘ ਇਹਨਾਂ ਦਾ ਨਾਮ ਆ ਜੀ। ਗਰੀਬ ਪਰਿਵਾਰ ਸੀਗੇ ਜੀ ਅਤੇ ਸੰਧਮਾਂ ਜਾਈ ਜਾਂਦਾ ਸੀਗਾ ਸਰਫ ਲੈਣ। ਹੁਣ ਤੋਂ 10 ਮਿੰਟ ਪਹਿਲਾਂ ਹੀ ਗਿਆ ਸੀਗਾ, ਸਰਫ ਲੈ ਕੇ ਵਾਪਸ ਆਈ ਜਾਂਦਾ ਸੀਗਾ ਅਤੇ ਮਗਰੋਂ ਟਰਾਲਾ ਆਈ ਜਾਂਦਾ ਸੀਗਾ ਐੱਲ ਪੀ ਭਰੀ ਕਣਕ ਦੀ, ਪਤਾ ਨਹੀਂ ਕਾਹਦੀ ਲੱਦੀ, ਅਤੇ ਉੱਪਰੋਂ ਦੀ ਚੜ੍ਹਾ ਕੇ ਲੰਘ ਗਿਆ ਜੀ। ਉਹ ਗਾਂਹ ਆ ਕੇ ਰੋਕ ਲਿਆ, ਮੌਕੇ 'ਤੇ ਆਪਣੇ ਮੁਲਾਜ਼ਮ ਆ ਗਏ ਸੀਗੇ। ਹਾਂਜੀ, ਅਤੇ ਇਹਨਾਂ ਦੀ ਵਿਚਾਰਿਆਂ ਦੀ ਬੇਟੀ ਵੀ ਇੱਕ ਵੱਜੋ ਰੱਤੀ ਆ ਅਤੇ ਉਹ ਦੂਜੀ ਇਹਨਾਂ ਦੀ ਦੋਹਤੀ ਆ ਜੀ, ਉਹ ਕੁੜੀ ਦਾ ਨਾਨਾ ਅਤੇ ਉਹ ਆਂਟੀ ਦੇ ਘਰ ਵਾਲਾ ਜੀ। ਲੰਘ ਇਹੀ ਆ ਜੀ, ਵਿਚਾਰਿਆਂ ਨੂੰ ਮਿਲਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਆ ਜੀ। ਗਰੀਬ ਪਰਿਵਾਰ ਆ, ਉਹੀ ਕਮਾਉਣ ਵਾਲੇ ਸੀਗੇ ਜੀ, ਹੋਰ ਤਾਂ ਕੋਈ ਹੈ ਨਹੀਂ ਗਾ ਇਹਨਾਂ ਦੇ। ਹਾਂਜੀ ਸਰ, ਇਹਦੇ ਬਾਰੇ ਆਪਾਂ ਨੂੰ ਸੂਚਨਾ ਮਿਲੀ ਸੀਗੀ, 112 ਨੰਬਰ ਤੋਂ ਵੀ ਐਕਸੀਡੈਂਟ ਹੋਇਆ। ਅਸੀਂ ਮੌਕੇ 'ਤੇ ਆ ਕੇ ਵੇਖਿਆ ਜੀ, ਜਿਹੜਾ ਇੱਕ ਬਜ਼ੁਰਗ ਬੰਦਾ 50-55 ਸਾਲਾਂ ਦਾ, ਉਹਦੀ ਮੌਤ ਹੋ ਚੁੱਕੀ ਆ। ਮੌਤ ਦਾ ਕਾਰਨ ਇਹੀ ਲੱਗਦਾ ਵੀ ਇੱਕ ਟਰੱਕ ਆ ਜਾਂ ਲੋਡ ਸੀਗਾ, ਮਗਰ ਉਹਦੇ ਉੱਤੇ ਚੜ੍ਹ ਗਿਆ ਜੀ। ਦੱਸਣ ਪਤਾ ਲੱਗਿਆ ਜੀ, ਇਹ ਸੁਖਦੇਵ ਸਿੰਘ ਦਾ ਬੰਦਾ ਜੀ, ਮੋਗੇ ਦਾ ਰਹਿਣ ਵਾਲਾ। ਇੱਥੇ ਸ਼ਾਇਦ ਇਹਦੀ ਕੋਈ ਦੁਕਾਨ ਵਗੈਰਾ ਜੀ, ਛੋਟੀ ਮੋਟੀ ਦੁਕਾਨ ਕਰਦਾ ਸੀ। ਕਾਰਵਾਈ ਆ ਮੌਕੇ 'ਤੇ ਆ ਗਏ ਜੀ, ਬਸ ਅਫਸਰਾਂ ਧਿਆਨ ਵਿੱਚ ਗੱਲ ਲਿਆ ਕੇ ਡੈੱਡ ਬੋਡੀ ਕਲੈਕਟ ਕਰਕੇ ਜੀ ਜਾਂਦੇ। ਡੈੱਡ ਬੋਡੀ ਬਹੁਤ ਡੈਮੇਜ ਹੋਈ ਤੁਹਾਨੂੰ ਪਤਾ ਜੀ, ਅਤੇ ਇਹਦੇ ਕਰਕੇ ਫਿਰ ਉਹਨੂੰ ਚੱਕ ਕੇ ਉਦੋਂ ਬਾਅਦ ਫਿਰ ਬਿਆਨ ਵਗੈਰਾ ਲੈ ਕੇ ਕਾਰਵਾਈ ਕਰਾਂਗੇ ਜੀ।